ਗਲੀਆਂ ਦੇ ਵਿੱਚ ਬੇਹਾਲ ਹੋ ਕੇ ਘੁੰਮਦਾ ਹੋਇਆ ਇਹ ਨੌਜਵਾਨ, ਜਿਸ ਨੂੰ ਨਾ ਤਾਂ ਆਪਣਾ ਨਾਮ ਪਤਾ ਹੈ ਤੇ ਨਾ ਹੀ ਪਤਾ ਹੈ ਕਿ ਉਹ ਕਿੱਥੋਂ ਆਇਆ ਹੈ। ਲੋਕ ਵੀ ਇਸ ਨੂੰ ਪੁੱਛ-ਪੁੱਛ ਕੇ ਹਾਰ ਗਏ ਨੇ, ਨਾ ਤੇ ਗੱਲਬਾਤ ਕਰਦਾ ਹੈ ਤੇ ਨਾ ਕਿਸੇ ਦੀ ਗੱਲ ਸਮਝ ਪਾਉਂਦਾ ਹੈ। ਲੋਕਾਂ ਦਾ ਮੰਨਣਾ ਹੈ ਕਿ ਸ਼ਾਇਦ ਇਹ ਮਾਨਸਿਕ ਤੌਰ ਤੇ ਪਰੇਸ਼ਾਨ ਹੈ, ਜਿਸ ਲਈ ਇਹ ਬੋਲ ਵੀ ਨਹੀਂ ਪਾ ਰਿਹਾ ਤੇ ਦੱਸ ਵੀ ਨਹੀਂ ਪਾ ਰਿਹਾ ਕਿ ਕਿੱਥੋਂ ਆਇਆ ਹੈ। ਲੋਕਾਂ ਦਾ ਕਹਿਣਾ ਹੈ ਕਿ ਕਰੀਬ 1 ਸਾਲ ਹੋ ਗਿਆ ਹੈ ਇਹ ਨੌਜਵਾਨ ਇਸੇ ਤਰ੍ਹਾਂ ਇੱਥੇ ਦਿਨ ਰਾਤ ਕੱਟ ਰਿਹਾ ਹੈ। ਬਾਹਰ ਗਲੀਆਂ ਦੇ ਵਿੱਚ ਲੋਕਾਂ ਦੇ ਥੜਿਆਂ ਦੇ ਬਾਹਰ ਬੈਠਾ ਰਹਿੰਦਾ ਹੈ। ਗਰਮੀ ਹੋਵੇ, ਸਰਦੀ ਹੋਵੇ ਜਾਂ ਮੀਂਹ ਹੋਵੇ, ਇਹ ਬਾਹਰ ਹੀ ਸਭ ਕੁਝ ਸਹਿ ਰਿਹਾ ਹੈ। ਲੋਕਾਂ ਦੇ ਵੱਲੋਂ ਕਈ ਵਾਰ ਸੋਸ਼ਲ ਮੀਡੀਆ ਤੇ ਇਸਦੀ ਫੋਟੋ ਪਾਈ ਗਈ, ਵੀਡੀਓ ਪਾਈ ਗਈ ਤਾਂ ਜੋ ਇਸਦੀ ਪਹਿਚਾਣ ਹੋ ਸਕੇ। ਇਸਦੇ ਕੋਈ ਪਰਿਵਾਰਕ ਮੈਂਬਰ ਇਸ ਨੂੰ ਲੱਭਣ ਆਉਣ, ਪਰ ਅਜੇ ਤੱਕ ਇਸ ਨੂੰ ਲੱਭਦਾ ਹੋਇਆ ਕੋਈ ਵੀ ਨਹੀਂ ਆਇਆ ਹੈ। ਨਾ ਹੀ ਇਸ ਨੌਜਵਾਨ ਦੀ ਪਹਿਚਾਣ ਹੋ ਸਕੀ ਹੈ ਤੇ ਨਾ ਹੀ ਇਸਦੇ ਪਰਿਵਾਰ ਦਾ ਪਤਾ ਹੈ। ਲੋਕ ਹੁਣ ਪ੍ਰਸ਼ਾਸਨ ਨੂੰ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਗੁਹਾਰ ਲਗਾ ਰਹੇ ਨੇ ਕਿ ਇਸ ਨੌਜਵਾਨ ਦੀ ਮਦਦ ਕੀਤੀ ਜਾਏ। ਨਰਕ ਭਰੀ ਜ਼ਿੰਦਗੀ ਜੀ ਰਿਹਾ ਇਹ ਨੌਜਵਾਨ, ਜਿਸ ਨੂੰ ਲੋਕ ਹੁਣ ਦੇਖ ਨਹੀਂ ਪਾਉਂਦੇ। ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਤਰਸ ਤਾਂ ਬਹੁਤ ਆਉਂਦਾ ਹੈ, ਰੋਟੀ ਵੀ ਦਿੰਦੇ ਨੇ ਤੇ ਇਹ ਖਾ ਲੈਂਦਾ ਹੈ, ਪਰ ਫਿਰ ਉੱਥੇ ਹੀ ਲੇਟ ਜਾਂਦਾ ਹੈ। ਕਈ ਵਾਰ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਪਰ ਇਹ ਨੌਜਵਾਨ ਗੱਲਬਾਤ ਨਹੀਂ ਕਰਦਾ। ਦੱਸ ਦਈਏ ਕਿ ਵੀਡੀਓ ਜੰਡਿਆਲਾ ਗੁਰੂ ਦੀ ਹੈ, ਜਿੱਥੇ ਜੰਡਿਆਲਾ ਦੇ ਵਿੱਚ ਇੱਕ ਇਲਾਕੇ 'ਚ ਵਾਲਮੀਕਿ ਚੌਂਕ ਨੇੜੇ ਇਹ ਨੌਜਵਾਨ ਘੁੰਮਦਾ ਹੋਇਆ ਨਜ਼ਰ ਆਇਆ। ਕਰੀਬ 1 ਸਾਲ ਤੋਂ ਲੋਕ ਇਸ ਨੂੰ ਇਸੇ ਤਰ੍ਹਾਂ ਬਾਹਰ ਗਲੀਆਂ 'ਚ ਘੁੰਮਦਾ ਹੋਇਆ ਦੇਖ ਰਹੇ ਨੇ ਤੇ ਇੱਕ ਥੜੇ ਦੇ ਬਾਹਰ ਇਸਨੇ ਆਪਣਾ ਡੇਰਾ ਲਾਇਆ ਹੋਇਆ ਹੈ। ਜਿੱਥੇ ਗਰਮੀ, ਸਰਦੀ, ਬਰਸਾਤ ਹੋਵੇ ਉਹ ਇੱਥੇ ਹੀ ਬੈਠਾ ਰਹਿੰਦਾ ਹੈ। ਲੋਕਾਂ ਨੇ ਇਹ ਵੀ ਕਿਹਾ ਹੈ ਕਿ ਇਸ ਨੌਜਵਾਨ, ਜੋ ਕਿ ਕਾਫੀ ਦਿਨਾਂ ਤੋਂ ਨਹਾਤਾ ਵੀ ਨਹੀਂ ਹੈ, ਇਸ ਲਈ ਇਸ ਤੋਂ ਬਦਬੂ ਆਉਂਦੀ ਹੈ, ਜ਼ਿਆਦਾਤਰ ਲੋਕ ਇਸਦੇ ਨੇੜੇ ਵੀ ਨਹੀਂ ਜਾਂਦੇ, ਪਰ ਇਸਦੇ ਨਾਲ ਇਸਨੂੰ ਵੀ ਬਿਮਾਰੀਆਂ ਹੋਣ ਦਾ ਖਤਰਾ ਬਣਿਆ ਹੋਇਆ ਹੈ। ਇਸਦੀ ਜਾਨ ਵੀ ਜਾ ਸਕਦੀ ਹੈ ਜੇਕਰ ਇਸਨੂੰ ਸਹੀ ਸਮੇਂ ਤੇ ਇਲਾਜ ਜਾਂ ਫਿਰ ਸਹੀ ਥਾਂ ਨਾ ਮਿਲਿਆ, ਖਾਣਾ ਪੀਣਾ ਨਾ ਮਿਲਿਆ, ਤਾਂ ਕੁਛ ਵੀ ਹੋ ਸਕਦਾ ਹੈ। ਉਹਨਾਂ ਦਾ ਕਹਿਣਾ ਹੈ ਕਿ ਕਿਸੇ ਦਾ ਵੀ ਨੌਜਵਾਨ ਪੁੱਤ ਹੋ ਸਕਦਾ ਆ ਜਿਸ ਨੂੰ ਲੱਭ ਰਹੇ ਹੋਣ, ਪਰ ਅਜੇ ਤੱਕ ਇਸ ਨੌਜਵਾਨ ਦੀ ਤਲਾਸ਼ ਦੇ ਵਿੱਚ ਇਸ ਇਲਾਕੇ ਤੱਕ ਕੋਈ ਨਹੀਂ ਪਹੁੰਚਿਆ, ਜਿਸ ਲਈ ਉਹਨਾਂ ਨੇ ਹੁਣ ਪ੍ਰਸ਼ਾਸਨ ਦੀ, ਸਮਾਜ ਸੇਵੀਆਂ ਦੀ ਮਦਦ ਮੰਗੀ ਹੈ ਕਿ ਉਹ ਇਸ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੂੰ ਲੱਭਣ ਦੀ ਕੋਸ਼ਿਸ਼ ਕਰਨ, ਜਾਂ ਫਿਰ ਇਸਨੂੰ ਇੱਕ ਅਜਿਹੀ ਜ਼ਿੰਦਗੀ ਦਿੱਤੀ ਜਾਏ, ਕਿਸੇ ਅਜਿਹੇ ਥਾਂ 'ਤੇ ਰੱਖਿਆ ਜਾਏ ਜਿੱਥੇ ਇਹ ਆਪਣੀ ਹਾਲਤ ਸੁਧਾਰ ਸਕੇ। ਇਹਨੂੰ 1 ਸਾਲ ਲਗਭਗ ਹੋ ਗਿਆ ਵਾ ਅਤੇ ਇੱਥੇ ਚੁੱਪ ਕਰਕੇ ਬਹਿ ਰਹਿੰਦਾ ਵਾ, ਅਤੇ ਜੇ ਕੋਈ ਰੋਟੀ ਪਾਣੀ ਦੇ ਜਾਵੇ ਤਾਂ ਉਹ ਛਕ ਲੈਣਾ ਵਾ, ਅਤੇ ਬੋਲਦਾ ਨਹੀਂ ਗਾ, ਅਤੇ ਜੇ ਆਵਾਜ਼ ਮਾਰੀਏ ਤਾਂ ਸੁਣਦਾ ਹੈਗਾ ਵਾ, ਅਤੇ ਉੱਦਾਂ ਨਹੀਂ ਇਹਨੂੰ ਕੁਛ ਮਤਲਬ ਵੀ ਬੋਲਦਾ ਨਹੀਂ ਗਾ। ਹੁਣ ਗੁੰਗੇ ਦਾ ਤਾਂ ਪਤਾ, ਬੋਲੇ ਤਾਂ ਮਤਲਬ ਨਾ ਬੋਲੇ ਜਾਂ ਇਸ਼ਾਰਾ ਕਰੇ ਕੁਛ ਨਹੀਂ ਦੱਸਦਾ, ਨਾ ਕੋਈ ਇਸ਼ਾਰਾ ਕਰਦਾ, ਨਾ ਨਹੀਂ ਪਤਾ ਹੀ ਨਹੀਂ ਕਿੱਥੋਂ ਆਇਆ। ਪਰ ਰਹਿਣ ਬਸ ਇੱਦਾਂ ਹੀ ਪਿਆ ਰਹਿੰਦਾ, ਇੱਥੇ ਹੀ ਰਹਿੰਦਾ ਜ਼ਿਆਦਾ, ਥੋੜਾ ਬੜਾ ਲਾਗੇ ਬੰਨੇ ਆ ਬਸ। ਸਮੱਸਿਆ ਉਹੀ ਆ ਵੀ ਲਾਗੇ ਗੰਦ ਗੁੰਦ ਜਿਹਾ ਪਾਉਂਦਾ ਵਾ, ਤੇ ਮਤਲਬ ਬੋਬਾ ਆਉਂਦੀ ਆ ਇਹਦੇ ਕੋਲੋਂ ਵੀ, ਜਦੋਂ ਲਾਗੋਂ ਬਾਜ਼ਾਰ ਚੋਂ ਲੰਘਦੇ ਆ ਤੇ ਲੋਕੀ ਸਾਰੇ ਮਤਲਬ ਡਰਦੇ ਵੀ ਆ, ਬੱਚੇ ਕੌਣ ਆ ਕਿੱਦਾਂ ਆ ਇਹ। ਮੈਂ ਤੇ ਨਹੀਂ ਕੀਤੀ ਉਦਾਂ, ਮਤਲਬ ਲਾਗੇ ਬੰਨੇ ਕਈਆਂ ਨੇ ਕੀਤੀ ਹੋਈ ਆ, ਤੇ ਮੈਂ ਆਪਾਂ ਸਿੱਧੇ ਨਾਤੇ ਤੌਰ ਤੇ ਨਹੀਂ ਕੀਤੀ। ਮੰਗ ਇਹੋ ਵੀ ਇਹਨੂੰ ਆਪਣਾ ਕਿਤੇ ਟਿਕਾਣੇ ਪਹੁੰਚਾਇਆ ਜਾਵੇ, ਘਰ ਪਹੁੰਚਾਇਆ ਜਾਵੇ, ਕੋਈ ਲੱਭ ਕੇ ਕੋਈ ਕਰਕੇ, ਚੱਲਦੀਆਂ ਵਾ ਉਹ ਲੈ ਜਾਣ ਜਾਂ ਕੋਈ ਨਾ ਕੋਈ। ਇਹ ਭਾਜੀ ਤਕਰੀਬਨ 1 ਸਾਲ ਤੋਂ ਪਲੱਸ ਹੀ ਹੋ ਗਿਆ ਜੀ ਇੱਥੇ ਬੈਠੇ ਨੂੰ, ਤੇ ਇੱਥੇ ਸੌਂਦਾ ਵਾ, ਇੱਥੇ ਕੋਈ ਰੋਟੀ ਦੇ ਦੇ ਖਾ ਲੈਂਦਾ ਵਾ,
ਤੇ ਬੋਲਦਾ ਬਲਦਾ ਕੁਛ ਨਹੀਂ ਆ, ਬੀੜੀਆਂ ਬੂੜੀਆਂ ਪੀ ਛੱਡਦਾ ਤੇ ਕੰਧ ਪਾ ਛੱਡਦਾ। ਇੱਥੇ ਪ੍ਰਸ਼ਾਸਨ ਨੂੰ ਅਸੀਂ ਕਾਫੀ ਵਾਰੀ ਇੱਥੇ ਕਿਹਾ, ਕਮੇਟੀ ਘਰ ਵੀ ਇਕੱਠੇ ਹੋ ਗਏ ਇੱਥੋਂ ਸਾਰੇ ਗੁਆਂਢੀਆਂ ਗੁੰਢੀਆਂ ਨੇ, ਪਰ ਕੋਈ ਸੁਣਦਾ ਨਹੀਂ ਸਾਡੇ। ਸਾਡੀ ਇਹੋ ਅਪੀਲ ਆ ਵੀ ਚਲੋ ਵੀ ਇਨਸਾਨ ਆ, ਕਿਤੇ ਇਹਨੂੰ ਕੋਈ ਧਾਰਮਿਕ ਸੰਸਥਾ ਜਾਂ ਕੋਈ ਵੀ ਸੱਜਣ ਮਿੱਤਰ ਜਿੱਥੇ ਕਿਤੇ ਇਹਦਾ ਰਹਿਣ ਵਸੇਰਾ ਹੋ ਜਾਵੇ ਅਤੇ ਇਹ ਆਪਣਾ ਇਲਾਜ ਲੂ ਜਾਂ ਜਿੱਦਾਂ ਵੀ ਕੁਛ ਮੈਂਟਲੀ ਡਿਸਟਰਬ ਜਾਂ ਕਿੱਦਾਂ ਵੀ ਇਹਨੂੰ ਠੀਕ ਕੀਤਾ ਜਾਵੇ। ਸਾਡੀ ਪ੍ਰਸ਼ਾਸਨ ਕੋਈ ਇਹੋ ਮੰਗ ਆ ਵੀ ਇਹਨੂੰ ਆਪਣੇ ਕੋਲ ਬੁਲਾ ਕੇ ਅਤੇ ਆਪਣੇ ਟਿਕਾਣੇ ਲਾਇਆ ਜਾਵੇ। ਨਾ ਨਹੀਂ ਭਾਅ ਜੀ ਬੋਲਦਿਆਂ ਵੇਖਿਆ ਨਹੀਂ ਆਪਾਂ ਨੂੰ, ਹਾਂ ਬਸ ਇੱਦਾਂ ਚੁੱਪ ਰਹਿੰਦਾ, ਬੀੜੀ ਬਾੜੀ ਪੀਲੀ ਜਾਂ ਕੋਈ ਰੋਟੀ ਦੇਗਾ ਖਾ ਲਈ, ਨਹੀਂ ਤਾਂ ਇੱਥੇ ਮੀਂਹ ਕਣ ਜਿੱਦਾਂ ਬਾਹਰ ਹੀ ਤਕਰੀਬਨ ਸਾਲ ਹੀ ਹੋ ਗਿਆ ਇਹਨੂੰ। ਸਿਆਲ 'ਚ ਭਾਅ ਜੀ ਪੌੜੀਆਂ ਥੱਲੇ ਮਾੜਾ ਅਰੇਂਜਮੈਂਟ ਕੀਤਾ ਸੀ, ਹਾਲੇ ਇੱਥੇ ਲੰਮੇ ਲੰਮੇ ਪੈ ਜਾਂਦਾ, ਨਹੀਂ ਤਾਂ ਬਾਹਰ ਹੀ ਤਾਂ ਰਜਾਈ ਲੈ ਕੇ। ਪ੍ਰਸ਼ਾਸਨ ਕੋਈ ਮੰਗ ਕਰਦੇ ਹੋ ਵੀ ਇਹਨੂੰ ਮਤਲਬ ਆਪਣੀ ਕਿ ਧਾਰਮਿਕ ਸੰਸਥਾ ਪ੍ਰਸ਼ਾਸਨ ਇਹਨੂੰ ਖੜ ਕੇ ਇਹਦਾ ਇਲਾਜ ਕਰਾਇਆ ਜਾਵੇ ਅਤੇ ਇਹਨੂੰ ਆਪਣੇ ਕੋਲ ਰੱਖਿਆ ਜਾਵੇ। ਇੱਥੇ ਤਾਂ ਬਹੁਤ ਬੁਰਾ ਹਾਲ ਹੈ, ਕਰੀ ਡੈਥ ਵੀ ਹੋ ਸਕਦੀ ਕਹਿੰਦੇ ਸਰਦੀਆਂ ਆਉਣ ਵਾਲੀਆਂ। ਮੈਂ ਸਾਡੇ ਲਾਗੇ ਇੱਥੇ ਘਰ ਆ ਇੱਥੇ ਸਾਡੇ, ਅਤੇ ਇਹ ਬੰਦੇ ਨੂੰ ਇੱਥੇ ਸਾਲ ਹੀ ਹੋ ਚੱਲਿਆ, ਇੱਥੇ ਹੀ ਆ, ਨਾ ਨਹਾਉਂਦਾ ਨਾ ਧੋਂਦਾ ਨਾ ਰੋਟੀ ਦਾ ਟਿਕਾਣਾ ਇਹਦਾ, ਕੁਝ ਕੋਈ ਦੇ ਖਾ ਲਈ ਅਤੇ ਨਾ ਬੋਲਦਾ ਹੀ ਆ ਕੁਝ, ਨਾ ਦੱਸਦਾ ਹੀ ਆ, ਅਤੇ ਲਾਗੇ ਬੱਚੇ ਲੇਡੀਜ਼ ਲੰਘਦੀਆਂ ਅਤੇ ਉਹ ਡਰਦੇ ਆ ਇਹ ਤੋਂ, ਕੋਈ ਗੰਦਾ ਮੰਦਾ ਇੱਦਾਂ ਹੀ ਸਮੈਲ ਅੱਤਦੀ ਆਉਂਦੀ ਆ, ਬੁਰਾ ਹਾਲ ਆ। ਅਤੇ ਇਹਨੂੰ ਕਈ ਵਾਰੀ ਤਾਂ ਕੋਈ ਰੋਟੀ ਦੇ ਦਿੰਦਾ ਅਤੇ ਕਈ ਵਾਰੀ ਕੋਈ ਨਹੀਂ ਦਿੰਦਾ, ਅਤੇ ਇਹਨੂੰ ਅਸੀਂ ਚਾਹੁੰਦੇ ਹਾਂ ਵੀ ਕਿਸੇ ਪਾਸੇ ਕੋਈ ਸੰਸਥਾ ਹੀ ਲੈ ਜੇ। ਅਸੀਂ ਕਮੇਟੀ 'ਚ ਵੀ ਕਿਹਾ, ਦੋ ਵਾਰੀ ਜੀਓ ਸਾਹਿਬ ਨਾਲ ਵੀ ਗੱਲ ਹੋਈ ਆ, ਕਰਦੇ ਹਾਂ ਕੋਈ ਨਹੀਂ ਕੋਈ ਸੁਣਦਾ, ਸ਼ਹਿਰ ਦੇ ਪ੍ਰਧਾਨ ਆ ਸਾਡੇ, ਉਹਨਾਂ ਨੇ ਇਹਨੂੰ ਦੋ ਤਿੰਨ ਵਾਰੀ ਉੱਥੇ ਭਜਵਾਇਆ ਵੀ ਆ ਕਮੇਟੀ 'ਚ, ਉਹ ਇੱਕ ਵਾਰੀ ਲੈ ਜਾਂਦੇ ਆ ਫਿਰ ਛੱਡ ਦਿੰਦੇ ਆ, ਉੱਥੋਂ ਫਿਰ ਦੂਜੇ ਦਿਨ ਵੇਖੋ ਤਾਂ ਇੱਥੇ ਤੁਰਿਆ ਫਿਰਦਾ ਹੁੰਦਾ। ਅਤੇ ਅਸੀਂ ਕਹਿੰਦੇ ਵੀ ਇਹ ਮੌਸਮ ਦੀ ਮਾਰ ਨਾਲ ਜਾਂ ਕੋਈ ਬਿਮਾਰੀ ਨਾਲ ਜੇ ਇਹਨੂੰ ਨੁਕਸਾਨ ਹੋ ਗਿਆ, ਮਰ ਗਿਆ, ਫਿਰ ਵੀ ਤੈਨੂੰ ਚੁੱਕਣ ਗੇਣਾ ਇੱਥੋਂ, ਅਤੇ ਇਹਨੂੰ ਜਿਉਂਦੇ ਨੂੰ ਕਿਤੇ ਲੈ ਕੇ ਕਿਤੇ ਟਿਕਾਣੇ ਲਾ ਦਿੱਤਾ ਜਾਵੇ। ਅਸੀਂ ਤਾਂ ਇਹ ਪ੍ਰਸ਼ਾਸਨ ਕੋਲ ਮੰਗ ਕਰਦੇ ਹਾਂ ਵੀ ਜਿਹੜੇ ਅਧਿਕਾਰੀ ਨੇ ਕਿਉਂ ਕੰਨੀ ਕੇਸ ਮਾਰ ਕੇ ਬੈਠੇ ਆ, ਇਹਨੂੰ ਵਿਚਾਰੇ ਨੂੰ ਖੜ ਕੇ ਸੰਸਥਾ 'ਚ ਦੇਣ, ਜਿੱਥੇ ਤਾਂ ਰੋਟੀ ਪਾਣੀ ਦਾ ਟਿਕਾਣਾ ਹੋਵੇ, ਨਹਾਉਣ ਧੋਣ ਦਾ ਟਿਕਾਣਾ ਹੋਵੇ।